हाय गाइस, हाउ आर यू? सत श्री अकाल सारिआं नूं, किवें हो तुसी सारे? वेलकम टू द सेशन। तुहाडा बहुत बहुत स्वागत है अज दी क्लास। आपां कर रहे सी सेकंड क्लास दी बुक वेलकम लाइफ, ते हुण आपां शुरू करन जा रहे हां फोर्थ लेसन, माई हाउस माई स्कूल एंड माई विलेज। मेरा घर, मेरा स्कूल अते मेरा पिंड। ए, लव योर हाउस एंड योर स्कूल। घर अते स्कूल नाल प्यार करो। फॉर टीचर, अध्यापक ले। फॉर द टीचर, दीज आर टू पिक्चर्स। अध्यापक ले ए दो तस्वीर हैं। द फर्स्ट शोज अ हाउस, ते पहली तस्वीर करती है। द सेकेंड पिक्चर शोज अ स्कूल, दूजी तस्वीर स्कूल दी है आ रही। We live in a house and we also stay at school for some hours. ਅਸੀਂ ਘਰ ਵਿੱਚ ਵੀ ਰਹਿੰਦੇ ਹਾਂ ਤੇ ਸਕੂਲ ਵੀ ਜਾਂਦੇ ਹਾਂ ਕੁਝ ਘੰਟਿਆਂ ਲਈ। At home our parents take care of us. ਹੈ ਕਿ ਨਹੀਂ ਬੱਚਿਓ, ਘਰ ਵਿੱਚ ਸਾਡੇ ਮੰਮੀ ਪਾਪਾ ਸਾਡਾ ਧਿਆਨ ਰੱਖਦੇ ਨੇ। And at school our teachers do the same. ਅਤੇ ਸਕੂਲ ਵਿੱਚ ਅਧਿਆਪਕ ਸਾਡਾ ਧਿਆਨ ਰੱਖਦੇ ਨੇ। Our home is our first school. ਜਿਹੜਾ ਘਰ ਹੈ ਉਹ ਸਾਡਾ ਪਹਿਲਾ ਸਕੂਲ ਹੁੰਦਾ ਕਿਉਂਕਿ ਉੱਥੋਂ ਹੀ ਅਸੀਂ ਸਿੱਖਣਾ ਸ਼ੁਰੂ ਕਰਦੇ ਹਾਂ। We also love our school as lovingly as our home. ਜਿੰਨਾ ਸਾਨੂੰ ਘਰ ਪਿਆਰਾ ਹੈ ਉਨਾ ਹੀ ਸਾਨੂੰ ਸਕੂਲ ਵੀ ਪਿਆਰਾ ਹੋਣਾ ਚਾਹੀਦਾ ਹੈ ਕਿਉਂਕਿ ਸਕੂਲ ਵੀ ਸਾਡੇ ਘਰ ਵਰਗਾ ਹੀ ਹੁੰਦਾ ਹੈ। ਇੱਥੇ ਲਿਖਿਆ ਹੈ ਫਾਈਂਡ ਆਊਟ, पहचानो विच इज द पिक्चर ऑफ अ हाउस एंड विच वन इज ऑफ अ स्कूल। केड़ी घर की तस्वीर है ते केड़ी स्कूल दी है। एथे मम्मी पापा है कि ने ते एह घर दी है गी है हाउस। बाकी जमात दे बच्चे ने, क्लास दे स्टूडेंट्स ने, ते ए हो गई स्कूल या फिर क्लास दी। ए वाली भी स्कूल दी, ਸਵੇਰ ਦੀ ਸਭਾ। ਇੱਥੇ ਮੰਮੀ ਕੰਮ ਕਰ ਰਹੇ ਨੇ, ਹਾਊਸ ਘਰ ਦੀ। ਟੀਚਰ ਪੜ੍ਹਾ ਰਹੇ ਨੇ, ਸਕੂਲ। ਪਾਪਾ ਪੜ੍ਹਾ ਰਹੇ ਨੇ, ਹਾਊਸ। ਬੱਚੇ ਵਰਦੀ ਪਾਏ ਹੋਏ ਨੇ ਤੇ ਖੇਡ ਰਹੇ ਨੇ ਅੱਧੀ ਛੁੱਟੀ ਵੇਲੇ, ਸਕੂਲ। ਤੇ ਸ਼ਾਮੀ ਖੇਡ ਰਹੇ ਨੇ ਆਪਣੇ ਦੋਸਤਾਂ ਨਾਲ ਘਰ ਦੇ ਕੱਪੜਿਆਂ ਵਿੱਚ, ਇਹ ਹੋ ਗਿਆ ਹਾਊਸ। Oral questions, मौखिक प्रश्न। पहला, which one do you like, home or school? Home, school या both? तुहानू अपना घर चंगा लगता है कि स्कूल? हो सकता है तुहानू घर वधिया लगे, हो सकता है स्कूल, हो सकता है दोवें। मैनू तां जी दोवें वधिया लगते ने, दोवों थावां ते मैनू सिखण नू बहुत कुछ मिलता है। दूजा, do you like both? ਕੀ ਤੁਹਾਨੂੰ ਦੋਵੇਂ ਚੰਗੇ ਲੱਗਦੇ ਨੇ? ਜੇ ਹਾਂ ਤਾਂ ਵੈਲ ਡਨ, ਸ਼ਾਬਾਸ਼ ਬੱਚਿਓ। ਤੀਜਾ, ਵਾਈ ਡੂ ਯੂ ਲਾਈਕ ਯੋਰ ਹੋਮ? ਤੁਹਾਨੂੰ ਆਪਣਾ ਘਰ ਕਿਉਂ ਚੰਗਾ ਲੱਗਦਾ ਹੈ? ਇਹਦਾ ਆਂਸਰ ਇੱਥੇ ਲਿਖਾਂਗੇ, ਆਈ ਲਾਈਕ ਮਾਈ ਹੋਮ ਬਿਕੋਜ਼, ਕਿਉਂਕਿ ਮੈਨੂੰ ਘਰ ਇਸ ਲਈ ਪਸੰਦ ਹੈ, ਬਿਕੋਜ਼ ਆਈ feel happy with my family, ਕਿਉਂਕਿ ਮੈਂ ਆਪਣੇ ਪਰਿਵਾਰ ਨਾਲ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਜਦੋਂ ਨਾ ਆਲੇ ਦੁਆਲੇ ਹੁੰਦਾ ਹਾਂ। ਹੈਪੀ ਐਂਡ ਸੇਫ ਵੀ ਕਰ ਸਕਦੇ ਹੋ, ਸੁਰੱਖਿਅਤ ਵੀ ਮਹਿਸੂਸ ਕਰਦਾ ਹਾਂ। why do you like your school, ਤੁਹਾਨੂੰ ਆਪਣਾ ਸਕੂਲ ਕਿਉਂ ਪਸੰਦ ਹੈ? I like my school because I get to learn new things and I play with my ਫਰੈਂਡਸ, ਕਿਉਂਕਿ ਮੈਨੂੰ ਉੱਥੋਂ ਬਹੁਤ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਲਰਨ ਯਾਨੀ ਕਿ ਸਿੱਖਣਾ, ਤੇ ਮੈਂ ਆਪਣੇ ਦੋਸਤਾਂ ਨਾਲ ਵੀ ਉੱਥੇ ਹੀ ਖੇਡਦਾ ਹਾਂ।
ਇੱਥੇ ਹੈ ਹੂ ਲੁਕਸ ਆਫਟਰ ਯੂ ਐਟ ਯੋਰ ਹੋਮ ਘਰ ਵਿੱਚ ਤੁਹਾਡਾ ਧਿਆਨ ਕੌਣ ਰੱਖਦਾ ਹੈ ਪੇਰੈਂਟਸ ਘਰ ਤੇ ਹੂ ਲੁਕਸ ਆਫਟਰ ਯੂ ਐਟ ਦ ਸਕੂਲ ਸਕੂਲ ਵਿੱਚ ਤੁਹਾਡਾ ਧਿਆਨ ਕੌਣ ਰੱਖਦਾ ਹੈ ਟੀਚਰਸ ਜਾਂ ਫਿਰ ਅਧਿਆਪਕ ਹੂ ਟੀਚਿਸ ਯੂ ਐਟ ਯੋਰ ਸਕੂਲ ਤੁਹਾਨੂੰ ਸਕੂਲ ਵਿੱਚ ਕੌਣ ਪੜ੍ਹਾਉਂਦਾ ਹੈ ਟੀਚਰਸ ਹੂ ਟੀਚਿਸ ਯੂ ਐਟ ਯੋਰ ਹੋਮ ਤੁਹਾਨੂੰ ਘਰ ਵਿੱਚ ਕੌਣ ਪੜ੍ਹਾਉਂਦਾ ਹੈ ਹੋ ਸਕਦਾ ਹੈ ਤੁਹਾਡੇ ਪਾਪਾ ਪੜ੍ਹਾਉਂਦੇ ਹੋਣ ਜੇ ਪਾਪਾ ਤਾਂ ਪਾਪਾ ਜੇ ਮੰਮੀ ਤਾਂ ਮਦਰ ਠੀਕ ਹੈ ਅੱਗੇ ਡੂ ਯੋਰ ਪੇਰੈਂਟਸ ਲਵ ਯੂ ਕੀ ਤੁਹਾਡੇ ਮੰਮੀ ਪਾਪਾ ਤੁਹਾਨੂੰ ਪਿਆਰ ਕਰਦੇ ਨੇ ਹਾਂਜੀ ਬਹੁਤ ਜ਼ਿਆਦਾ ਯੈਸ ਅਲੋਟ ਅਲੋਟ ਮਤਲਬ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਡੂ ਯੋਰ ਟੀਚਰਸ ਲਵ ਯੂ ਕੀ ਤੁਹਾਡੇ ਅਧਿਆਪਕ ਤੁਹਾਨੂੰ ਪਿਆਰ ਕਰਦੇ ਨੇ ਹਾਂਜੀ ਯੈਸ ਅਲੋਟ ਬਹੁਤ ਪਿਆਰ ਕਰਦੇ ਨੇ ਮੈਨੂੰ ਇਹ ਹੈਗਾ ਹੈ ਟੀਚਰ ਲਈ ਫੋਰ ਟੀਚਰ ਅਧਿਆਪਕ ਲਈ ਟੀਚਰ ਵਿਲ ਟੈਲ ਦ ਇੰਪੋਰਟੈਂਸ ਆਫ ਹੋਮ ਐਂਡ ਸਕੂਲ ਟੂ ਦ ਸਟੂਡੈਂਟਸ ਵਿਦ ਦ ਹੈਲਪ ਆਫ ਪਿਕਚਰਸ ਐਂਡ ਵਾਇਆ ਕਨਵਰਸੇਸ਼ਨ ਅਧਿਆਪਕ ਵਿਦਿਆਰਥੀਆਂ ਨੂੰ ਤਸਵੀਰਾਂ ਅਤੇ ਵਾਰਤਾਲਾਪ ਰਾਹੀਂ ਘਰ ਅਤੇ ਸਕੂਲ ਦੋਹਾਂ ਦੀ ਮਹੱਤਤਾ ਦੱਸਣਗੇ ਹੀ ਵਿਲ ਟਰਾਈ ਟੂ ਇੰਸਟਿਲ ਲਵ ਟੂਵਰਡਸ ਹੋਮ ਐਂਡ ਸਕੂਲ ਬਾਏ ਸ਼ੋਇੰਗ ਸਿਮਿਲੈਰਿਟੀਜ਼ ਬਿਟਵੀਨ ਦੈਮ ਤੇ ਫਿਰ ਦੋਹਾਂ ਦੀ ਆਪਸੀ ਸਮਾਨਤਾ ਦਰਸਾਉਂਦੇ ਹੋਏ ਦੋਹਾਂ ਪ੍ਰਤੀ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ ਤੁਹਾਡੇ ਵਿੱਚ ਜਿਵੇਂ ਦੋਵਾਂ ਥਾਵਾਂ ਤੇ ਤੁਹਾਡਾ ਧਿਆਨ ਰੱਖਿਆ ਜਾਂਦਾ ਹੈ ਤੁਹਾਨੂੰ ਸਿੱਖਣ ਨੂੰ ਕਿੰਨਾ ਕੁਝ ਮਿਲਦਾ ਹੈਗਾ ਹੈ ਦ ਟੀਚਰ ਵਿਲ ਕੰਡਕਟ ਅ ਕਨਵਰਸੇਸ਼ਨ ਬਿਟਵੀਨ ਦ ਸਕੂਲ ਐਂਡ ਹੋਮ ਵਿਦ ਦੀ ਹੈਲਪ ਆਫ ਟੂ ਸਟੂਡੈਂਟਸ ਬਾਈ ਯੂਜ਼ਿੰਗ ਰੋਲ ਪਲੇ ਮੈਥਡ ਅਧਿਆਪਕ ਦੋ ਬੱਚਿਆਂ ਤੋਂ ਰੋਲ ਪਲੇ ਯਾਨੀ ਕਿ ਇੱਕ ਨੂੰ ਮੰਮੀ ਬਣਾਤਾ ਇੱਕ ਨੂੰ ਟੀਚਰ ਬਣਾਤਾ ਇੱਕ ਨੂੰ ਬੱਚਾ ਬਣਾਤਾ ਇੱਕ ਨੂੰ ਪਾਪਾ ਬਣਾਤਾ ਇੰਜ ਕਰਕੇ ਰੋਲ ਪਲੇ ਵਾਲੀ ਵਿਧੀ ਰਾਹੀਂ ਸਕੂਲ ਤੇ ਘਰ ਦੀ ਆਪਸੀ ਗੱਲਬਾਤ ਕਰਾਂਗੇ ਤੁਹਾਨੂੰ ਸਮਝਾਣਗੇ ਕਿਹੜੀ ਚੀਜ਼ ਕਿੱਥੇ ਹੁੰਦੀ ਹੈ ਕਿਹੜੇ ਰਿਸ਼ਤੇ ਕਿੱਥੇ ਹੁੰਦੇ ਨੇ ਦ ਟੀਚਰ ਵਿਲ ਮੋਟੀਵੇਟ ਦ ਸਟੂਡੈਂਟਸ ਟੂ ਸਪੀਕ two or three short sentences to express their love for both their school and house fir tode teacher tonu protsahit karange ve tusi do do tin tin sentences line up bol ke apna pyar dassao apne school te ghar prati the second student will repeat the dialogue after the first student dooja bachcha pehle bacche wale jehde dialogue ne jo kahega oh dohraega the dialogues would be ki dialogue ne I always find the children lovely mainu bacche bahut pyare lagte ne I want the children to study more main chahunda ha ki bacche bahut padhan I want the children to be always happy. Main chahunda ha ki bacche hamesha khush rahen. Theek hai? Ehi gativiti rahi tode teacher tode vich pyar paida jagrukta paida karange tode school te ghar prati. Agge chalde ha. Love your village. Yani ki pind naal pyar. My village is so beautiful. ਮੇਰਾ ਪਿੰਡ ਬਹੁਤ ਸੋਹਣਾ ਹੈ ਐਵਰੀਬਡੀ ਇਜ਼ ਸੋ ਰਿਸਪੈਕਟਫੁਲ ਹਰ ਕੋਈ ਬਹੁਤ ਸਤਿਕਾਰਯੋਗ ਹੈ ਤਾਂ ਦੱਸਿਆ ਗਿਆ ਮੇਰਾ ਪਿੰਡ ਬਹੁਤ ਸੋਹਣਾ ਹੈ ਤੇ ਇੱਥੇ ਹਰ ਕੋਈ ਬਹੁਤ ਸਤਿਕਾਰਯੋਗ ਹੈ ਇੱਜ਼ਤਯੋਗ ਹੈ ਆਲ ਲਿਵ ਇਨ ਹਾਰਮਨੀ ਸਾਰੇ ਅਨੁਸ਼ਾਸਨ ਵਿੱਚ ਰਹਿੰਦੇ ਨੇ ਪਿਆਰ ਨਾਲ ਰਹਿੰਦੇ ਨੇ ਐਂਡ ਆਰ ਸੋ ਟਰੁੱਥਫੁਲ ਤੇ ਨਾਲ ਹੀ ਬਹੁਤ ਸੱਚੇ ਵੀ ਨੇ Nindi and Hardil are my playmates and our friendship is up to date. Te ithe dassya gaya vi Nindi ate Hardil mere khedan wale dost ne te saadi dosti aje tak chal rahi hai. All are fond of learning here. None of us like fighting here. Sare ithe sikhan de shaukeen ne padhan likhan de bahut shaukeen ne te ਸਾਡੇ ਵਿੱਚ ਕੋਈ ਵੀ ਲੜਾਈ ਨਹੀਂ ਹੁੰਦੀ ਕਿਉਂਕਿ ਕਿਸੇ ਨੂੰ ਲੜਾਈ ਕਰਨਾ
पसंद ही नहीं है, वधिया ही नहीं लगता, देखो सारे पढ़ लिख रहे ने। विच वन इज द पिक्चर ऑफ अ विलेज, इथे दसिया गया है इन्हां विचों केड़ी तस्वीर जेड़ी हैगी है वह पिंड दी हैगी है, एह या ए? दिस इज विलेज, आ विलेज दी तस्वीर है, ते ए हैगी है सिटी दी, शहर दी। ओरल क्वेश्चंस, मौखिक प्रश्न, पहला है हाउ डू यू फील अबाउट योर विलेज, यानी कि थोनू तुहाडा पिंड किहो जिहा लगदा है। इहदा आंसर आपां इत्थे लिखांगे, आई लव माय विलेज, मैनू बहुत प्यारा लगता है मेरा विलेज, क्यों? बिकॉज इट इज अ ब्यूटीफुल, बहुत सोहनी थां है, प्लेस विद साइलेंट इनवायरमेंट, शांति बहुत हुंदी है, सोहनी भी थां है ते बहुत शांति भी हुंदी है, कोई शोर नहीं हुंदा। दूजा, डू द पीपल ऑफ योर विलेज फाइट विद ईच अदर, की तुहाडे पिंड दे लोग आपस विच लड़दे ने? नो जी, मेरे तां नहीं लड़दे, बहुत मिलजुल करके रहिंदे ने, प्यार नाल रहिंदे ने। इज इट गुड टू फाइट, की ए वधिया गल है लड़ना? बिल्कुल भी नहीं। चौथा, हु आर योर फ्रेंड्स इन योर लोकैलिटी, तुहाडे मोहल्ले विच तुहाडे दोस्त केड़े केड़े ने? इत्थे उहनां दा नाम लिख दिओ, जिवें मैं लिख दिंदी आ, राहुल, अमन, प्रीत, तुसी भी अपने दोस्तां दे नाम इंज ही लिख दिओ। अगला, डू द पीपल ऑफ योर विलेज लाइक टू रीड, तुहाडे पिंड दे लोकां नूं पढ़न दा शौक हैगा है? ओ पढ़न दा शौक रखते ने कि नहीं? यस, ओ पढ़न लिखन दा बहुत शौक रखते ने। इज रीडिंग गुड और बैड, पढ़ना चंगी गल है कि बुरी? गुड। विच विलेज इज गुड, केड़ा पिंड चंगा हुंदा है? द वन वेयर पीपल फाइट, और द अदर वेयर पीपल रीड, पढ़न वाले लोकां दा पिंड या लड़न वाले लोकां दा? मैनू लगता है लड़न वाले लोकां दा पिंड वधिया नहीं हुंदा, बल्कि वधिया हुंदा है जिथे सारे पढ़दे ने, ते इत्थे लिख दिंदे आ वेयर पीपल रीड, जिथे लोग पढ़दे ने, लड़ाई नहीं करनी चाहीदी। इफ सडनली योर विलेज इज चेंज्ड, हाउ विल यू फील, गुड और बैड? मान लो जेकर अचानक तुहाडा पिंड बदल दईए तां तुहानू किवें लगेगा, चंगा या बुरा? मैनू तां बहुत माड़ा लगेगा, क्योंकि मैनू अपना पिंड बहुत वधिया लगता है। अगला, वाई डू यू वॉन्ट टू लिव ओनली इन योर विलेज, तुसी अपने पिंड ही क्यों रहना चाहते हो? बिकॉज आई हैव मैनी फ्रेंड्स, क्योंकि इत्थे मेरे बहुत दोस्त ने। दूजी गल, विलेज, माई विलेज लिख दिंदे आ, माई विलेज हैज क्लीन एयर, इत्थे बिल्कुल प्रदूषण वाली हवा नहीं है, एंड इनवायरमेंट इज वेरी ब्यूटिफुल, आला दुआला भी बहुत सोहना हैगा, तां इसे करके मैं इत्थों नहीं जाना चाहता। टेंथ क्वेश्चन, दसवां प्रश्न, वी शुड लव आर नेबरहुड एंड विलेज, इज इट गुड और बैड? सानू अपने गली गुआंड ते पिंड नाल प्यार होना चाहिदा है, ये ठीक गल है या गलत? गुड, वधिया गल है। इत्थे हैगा फॉर टीचर, अध्यापक लई। फॉर द टीचर, इन अ वेरी इंटरेस्टिंग मैनर द टीचर विल प्रेजेंट अ वर्ड पिक्चर ऑफ अ गुड विलेज बिफोर द स्टूडेंट्स, अध्यापक अपने दिलचस्प गलबात राही चंगे पिंड दी तस्वीर बच्चियां सामने साकार करनगे, एंड टेल देम द इंपॉर्टेंस ऑफ लिविंग इन हारमनी, ते नाल ही नाल प्यार नाल रहन दी किन्नी जरूरत है, तां उहदे की फायदे ने, ए वी तुहानू दसणगे।
रल मिल के ही रहना चाहिदा है, हारमनी यानी कि रल मिल के प्यार नाल रहना। इन देयर ही विल डिवेलप द लव ऑफ देयर विलेज एंड अ स्पिरिट ऑफ डूइंग समथिंग फॉर देयर विलेज हार्ट। ते फिर पिंड प्रति प्यार पैदा करके पिंड दे लई कुछ करन दा जज्बा पैदा करन गे ओ थोड़े विच। इन द एंड अखीर विच द टीचर विल हिमसेल्फ से सम डायलॉग्स वाया रोल प्ले लाइक। ते अखीर विच थोड़े टीचर फिर रोल प्ले करनगे यानी कि किसी इंसान बनेंगे कोई भी थोड़े पिंड दे विच जिवें हुंदे ने ते आप ਇਹ ਡਾਇਲੋਗ ਬੋਲਣਗੇ ਆ ਲਾਈਨਾਂ ਬੋਲਣਗੇ ਕੀ ਬੋਲਣਗੇ ਪਿੰਡ ਬਣ ਕੇ ਆਈ ਐਮ ਵਿਲੇਜ ਰਾਮਪੁਰ ਮੈਂ ਰਾਮਪੁਰ ਪਿੰਡ ਹਾਂ ਟੀਚਰ ਨੇ ਰੋਲ ਪਲੇ ਕੀਤਾ ਨਾ ਪਿੰਡ ਬਣ ਗਏ ਉਹ ਇਹਨੂੰ ਹੀ ਰੋਲ ਪਲੇ ਕਹੀਦਾ ਜਿਵੇਂ ਮੂਵੀ ਦੇ ਵਿੱਚ ਫਿਲਮਾਂ ਦੇ ਵਿੱਚ ਸ਼ਾਹਰੁਖ ਖਾਨ ਕਦੇ ਕੋਈ ਬਣ ਜਾਂਦੇ ਨੇ ਹੀਰੋ ਕਦੇ ਕੋਈ ਨਾਂ ਲੈ ਲੈਂਦੇ ਨੇ ਉਵੇਂ ਹੀ ਰੋਲ ਪਲੇ ਹੁੰਦੇ ਨੇ ਯਾਨੀ ਕਿ ਕਿਸੇ ਨੂੰ ਕੋਈ ਹੋਰ ਨਾਮ ਦੇ ਦੇਣਾ ਜਾਂ ਕੁਝ ਹੋਰ ਬਣਾ ਦੇਣਾ ते मैं पिंड रामपुर हाँ आई एम वेरी नीट एंड क्लीन मैं बड़ा साफ सुथरा हाँ माई पीपल आर वेरी गुड मेरे लोग बड़े चंगे ने दे नेवर फाइट विद ईच अदर ते एक कदे आपस विच नहीं लड़ते ने माई स्कूल इज वेरी ब्यूटिफुल मेरा स्कूल बहुत सोहना है माई पीपल आर फॉन्ड ऑफ रीडिंग ते मेरे पिंड दे लोकां नू पढ़न दा बहुत शौक है फॉन्ड यानी कि पसंद एक बार फिर तो बोल लेंदे हैं बच्चों आई एम विलेज रामपुर आई एम वेरी नीट एंड क्लीन माई पीपल आर वेरी गुड दे नेवर फाइट विद ईच अदर माई स्कूल इज वेरी ब्यूटिफुल माई पीपल आर फॉन्ड ऑफ रीडिंग पढ़न का शौक रखते हैं ते ए हो गया अज का पाठ हुन आपां अगली क्लास मिलांगे तद तक टेक केयर Bye-bye.